ਮਗਰ ਵੱਜ ਹਾਂ ਮੈਂ ਇਹ ਤਾਂ ਕਲਚਰ ਹੈ ਮਗਰ ਵੱਜ ਰੇ ਬਗ ਜਾਣਾ ਬਗ ਜਾ ਉਹ ਆ ਜਾ ਬਗ ਜਾ ਬਗ ਜਾ ਭਰਾਵਾ ਬਗ ਜਾ ਪਹਿਲਾਂ ਇਹਨੂੰ ਬਗਣ ਦੋ ਜੀ ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਬਾਈ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਿੱਛੋਂ ਬਹੁਤ ਤੁਹਾਨੂੰ ਕਹਿ ਰਹੇ ਨੇ ਬਗ ਜਾ ਕੌਣ ਆ ਬਗ ਜਾ ਤੂੰ ਵੀ ਆ ਜਾ ਬਗ ਜਾ ਚਲੋ ਕੋਈ ਨਹੀਂ ਨਾਲ ਦੇ ਸਪੋਰਟ ਕਰਦੇ ਹੁੰਦੇ ਨੇ ਵਧੀਆ ਗੱਲ ਆ ਗਿਆ ਆ ਗਿਆ ਸਾਰੇ ਵੀਰ ਨੇ ਆਪਣੇ ਹਾਂਜੀ ਰਾਮ ਰਾਮ ਜੀ ਸਰ ਰਾਮ ਰਾਮ ਕੀ ਬਾਤ ਹੈ ਬਗਾ ਦਿਆ ਹੈ ਔਰ ਬਾਈ ਜੀ ਠੀਕ ਠਾਕ ਕਿਰਪਾ ਜੀ ਕਿਰਪਾ ਕਿਰਪਾ ਬਾਬੇ ਦੀ ਹਾਂ ਪ੍ਰਮਾਤਮਾ ਦੀ ਜਾਂ ਬਾਬੇ ਦੀ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਚਲੋ ਵਧੀਆ ਕੀ ਨਾਂ ਤੁਹਾਡਾ ਜੀ ਮੇਰਾ ਆਸ਼ੀਸ਼ ਸੈਣੀ ਜੀ ਤੁਹਾਡਾ ਸਾਹਿਬ ਦੇਵ ਅੱਛਾ ਦੇਵ ਜੀ ਕੀ ਪੇਸ਼ ਕਰੋਗੇ ਇੱਕ ਬੋਲੀ ਪਾਣੀ ਹੈ ਜੀ ਹਾਂ 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 ਉਹ ਬਾਰੀ ਵਰਦੀ ਖਟਣ ਗਿਆ ਸੀ ਖਟ ਕੇ ਲਿਆਂਦੀ ਲੋਈ ਹਾਂ ਉਹ ਬਾਰੀ ਵਰਦੀ ਖਟਣ ਗਿਆ ਸੀ ਖਟ ਕੇ ਲਿਆਂਦੀ ਲੋਈ ਉਹ ਇੱਥੇ ਸਾਰੀ ਕੁੜੀਆਂ ਨੇ 10ਵੀਂ ਇਹਨਾਂ ਤੋਂ ਪਾਸ ਨਹੀਂ ਹੋਈ ਹਾਂ ਬੋਲੀਓ ਬੋਲੀ 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 ਨਹੀਂ ਨਹੀਂ ਮਾਈਕ ਨਹੀਂ ਇਹਨੂੰ ਹਾਂਜੀ ਨਾ ਕਹਿੰਦੇ ਆ 10ਵੀਂ ਇਹਨਾਂ ਤੋਂ ਹੋਈ ਨਹੀਂ ਔਰ ਬਿਨਾ 10ਵੀਂ ਇੱਥੇ ਆ ਗਿਆ ਇਹਨੂੰ ਦੋ ਕੰਮ ਕਰਤੇ ਪਿਆ ਮੈਂ ਇਹ ਕਰੂਗਾ ਬਹਿਸ ਪੂਰੀ ਹਾਂ ਮੇਰੀ ਗੱਲ ਕਰਾਗੀ ਬਹਿਸ ਬੋਲ 10ਵੀਂ ਕਿੱਥੇ ਪਾਸ ਨਹੀਂ ਹੋਈ ਲੈ ਆਪ ਦੀ ਵੇਖ ਮੇਰੀ ਤਾਂ ਛੱਡ ਤੂੰ ਕੌਣ ਮੈਂ ਤਾਂ ਮੈਡੀਕਲ ਕਰ ਕਰ ਜਿੱਦੀ ਤਾਂ ਫਾਰਮੇਸੀ ਹੋ ਬੈਠਾ ਮੈਂ ਕੰਮ ਹੀ ਨੀ ਕਰਦੇ ਆਪਣੀ ਬਹੂ ਖਾਤਰ ਬਾਤ ਬਤਾ ਰਿਹਾ ਹੈ ਬਹੂ ਖਾਤਰ ਕਿਸ ਤਰ੍ਹਾਂ ਤੇਰੀ ਬਹੂ ਕੀ ਗਈ ਸਾਸੂ ਕੋਨੀ ਕੌਣ ਸੀ ਸਾਸੂ ਤੋਂ ਆ ਗਈ ਮੈਂ ਟਿੱਕੇ ਤੋਂ ਲੈ ਕੇ ਬੈਠਾਂਗੇ ਫਿਰ ਜ਼ਰੂਰਤ ਤਾਂ ਉਹਨੇ ਵੀ ਪੜੇਗੀ ਨਹੀਂ ਡਾਕਟਰ ਕੀ ਨਹੀਂ ਪੜਨੇਗੀ ਨਾ ਕਿਹਾ ਤਾਂ ਡਾਕਟਰ ਉਸ ਫਿਰ ਉਸ ਦਾ ਬਟੇ ਡਾਕਟਰ ਕੋਨੀ ਉਹ ਨਾ ਮਟ ਜਾਏਗਾ ਅੱਗੇ ਤਾਂ ਡਾਕਟਰ ਦੇਵ ਹਟ ਜਾਏਗਾ ਨਾ ਨਾ ਦੇਵ ਡਾਕਟਰ ਹਟ ਜਾਏਗਾ ਟਿੱਕੇ ਲਾਣੇ ਹਮ ਬੈਠੇ ਦਵਾਈ ਦੇਣ ਵਾਲੇ ਹਮ ਬੈਠੇ ਕਿਹ ਜ਼ਰੂਰਤ ਉਹਨੇ ਡਾਕਟਰ ਕੀ ਹਰ ਜੇ ਕਹਿੰਦਾ ਤੂੰ ਉਸ ਗੱਲ ਲੜ ਗਿਆ ਉਹਨੇ ਤਰਤਾ ਤਲਾਕ ਚਾਹੀਏਗਾ ਫਿਰ ਮਾਰੀ ਲੋੜ ਕੋਨੀ ਪੜੇਗਾ ਉਹਨੇ ਕੋਨੀ ਪੜਦੀ ਮੇਰਾ ਜੀਜਾ ਵਕੀਲ ਸਾਹਿਬ ਚਲੋ ਬਹੁਤ ਵਧੀਆ ਗੋਡ ਬਲੈਸ ਯੂ ਲੜਨਾ ਕਰੋ ਬਹੁਤ ਵਧੀਆ ਸ਼ੋਅ ਥੈਂਕ ਯੂ ਸੋ ਮਚ ਗੋਡ ਬਲੈਸ ਯੂ